ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਹਰ ਪਾਸੇ ਗਰਮਾਇਆ ਹੋਇਆ ਹੈ। ਇਸ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਐਚ ਐਸ ਫੂਲਕਾ ਨੇ ਐਸ ਜੀ ਪੀ ਸੀ ਚੋਣਾਂ ਸੰਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਐਸ ਜੀ ਪੀ ਸੀ ਚੋਣਾਂ ਨਹੀਂ ਹੋਣ ਦੇ ਰਿਹਾ। ਜੋ ਐਸ ਜੀ ਪੀ ਸੀ ਦਾ ਮੌਜੂਦਾ ਹਾਊਸ ਆ, ਜਨਰਲ ਹਾਊਸ ਆ, ਉਹਦੀ ਜੋ ਕਾਰਜਕਾਲ ਆ ਉਹ ਦਸੰਬਰ 2016 ਦੇ ਵਿੱਚ ਖਤਮ ਹੋ ਗਿਆ। ਇਹ ਜੋ ਮੈਂ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਜੀ, ਉਹਦੇ ਜਵਾਬ ਵਿੱਚ ਲਿਖਿਆ ਹੋਇਆ ਆ ਕਿ ਇਸ ਜੋ ਹਾਊਸ ਦਾ ਕਾਰਜਕਾਲ ਦਸੰਬਰ 2016 ਵਿੱਚ ਖਤਮ ਹੋ ਚੁੱਕਿਆ, ਅਤੇ ਉਹਦੇ 'ਚ ਪ੍ਰਧਾਨ ਮੰਤਰੀ ਜੀ ਦੇ ਵੱਲੋਂ ਆਈ ਚਿੱਠੀ 'ਚ ਇਹ ਵੀ ਲਿਖਿਆ ਗਿਆ ਸੀ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਅਪੁਆਇੰਟ ਕਰਨਾ ਤਾਂ ਕਿ ਨਵੇਂ ਇਲੈਕਸ਼ਨ ਕਰਾਏ ਜਾ ਸਕਣ। ਅਤੇ ਇੱਕ ਜੱਜ ਸਾਹਿਬ ਨੂੰ ਅਪੁਆਇੰਟ ਵੀ ਕੀਤਾ ਸੀ ਅਗਸਤ 2018 'ਚ, ਪਰ ਉਹਨਾਂ ਜੁਆਇਨ ਨਹੀਂ ਕੀਤਾ। ਉਸ ਤੋਂ ਮਗਰੋਂ ਉਹ ਨਵਾਂ ਪੈਨਲ ਹਾਈਕੋਰਟ ਤੋਂ ਮੰਗਾਇਆ, ਹਾਈਕੋਰਟ ਨੇ ਨਵਾਂ ਪੈਨਲ ਭੇਜ ਦਿੱਤਾ, ਪਰ ਕਿਉਂਕਿ ਅਕਾਲੀ ਦਲ ਸੈਂਟਰ ਸਰਕਾਰ 'ਚ ਭਾਈਵਾਲ ਆ, ਇਹ ਜ਼ੋਰ ਪਾ ਕੇ ਇਹ ਅੱਗੇ ਕਾਰਵਾਈ ਹੋਣ ਨਹੀਂ ਦੇ ਰਹੇ। ਜੋ ਹੁਣ ਇਲੈਕਸ਼ਨ ਹੋਣੇ ਚਾਹੀਦੇ ਆ ਜਨਰਲ ਹਾਊਸ 'ਤੇ ਹੋਣੇ ਚਾਹੀਦੇ ਆ। ਜਨਰਲ ਹਾਊਸ 'ਤੇ ਇਲੈਕਸ਼ਨ ਕਿਉਂਕਿ 3 ਸਾਲ ਹੋ ਗਏ ਨੇ, 3 ਸਾਲ ਤੋਂ ਇਹ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਜੋ ਮੈਂਬਰ ਆ ਇਹ ਐਚ ਈ ਪੀ ਸੀ ਦੇ ਉੱਤੇ ਕਾਬਜ਼ ਨੇ, ਅਤੇ ਹੁਣ ਜਨਰਲ ਇਲੈਕਸ਼ਨ ਹੋਣ ਦੀ ਲੋੜ ਆ। ਅਤੇ ਅਕਾਲੀ ਦਲ ਵੀ ਇਹਦੇ ਲਈ ਇੰਨਾ ਹੀ ਜਵਾਬਦੇਹ ਆ ਜਿੰਨਾ ਕਿ ਕੋਈ ਹੋਰ। ਜੇ ਸੈਂਟਰ ਸਰਕਾਰ ਦੇ ਵਿੱਚ ਅਕਾਲੀ ਦਲ ਭਾਈਵਾਲ ਆ, ਅਕਾਲੀ ਦਲ ਵੀ ਇਹ ਜਵਾਬਦੇਹ ਆ ਕਿ ਇਹ ਇਲੈਕਸ਼ਨ ਕਿਉਂ ਨਹੀਂ, ਜਨਰਲ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ, ਕਿਉਂ ਨਹੀਂ ਸੈਂਟਰ ਸਰਕਾਰ ਕਰਵਾ ਰਹੀ। ਅਤੇ ਇਹ ਮੈਨੂੰ ਹੁਣ ਇਹੀ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਜ਼ੋਰ ਪਾਇਆ ਜਾਵੇ, ਅਕਾਲੀ ਦਲ 'ਤੇ ਬੋਝ ਜ਼ੋਰ ਪਾਇਆ ਜਾਵੇ, ਨਾਲ ਦੀ ਨਾਲ ਭਾਜਪਾ 'ਤੇ ਜ਼ੋਰ ਪਾਇਆ ਜਾਵੇ, ਸੈਂਟਰ ਸਰਕਾਰ 'ਤੇ ਜ਼ੋਰ ਪਾਇਆ ਜਾਵੇ ਕਿ ਜਿਹੜੇ ਇਲੈਕਸ਼ਨ ਆ ਹੁਣ ਜਨਰਲ ਇਲੈਕਸ਼ਨ ਉਹ ਜਲਦੀ ਜਲਦੀ ਕਰਾਏ ਜਾਣ, ਅਤੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੀ ਅਪੁਆਇੰਟਮੈਂਟ ਛੇਤੀ ਕਰਕੇ ਅੱਗੇ ਹੁਣ ਅਸੀਂ ਪਲਾਨ ਕਰਾਂਗੇ। ਮੈਂ ਅਤੇ ਜਸਟਿਸ ਕੁਲਦੀਪ ਸਿੰਘ ਹੋਰੀ ਅਸੀਂ ਪਲਾਨ ਕਰ ਰਹੇ ਹਾਂ ਕਿ ਜਾ ਕੇ ਹੋਮ ਮਿਨਿਸਟਰ ਨੂੰ ਮਿਲੀਏ, ਅਤੇ ਅੱਗੇ ਫਿਰ ਪਲਾਨ ਅੱਗੇ ਕਿਸ ਤਰ੍ਹਾਂ ਅਸੀਂ ਪ੍ਰੋਸੀਡ ਕਰਨਾ ਉਹ ਦੱਸਾਂਗੇ। ਐਸ ਜੀ ਪੀ ਸੀ ਚੋਣਾਂ ਦਾ ਕਾਰਜਕਾਲ ਦਸੰਬਰ 2016 ਤੱਕ ਸੀ, ਜਿਸ ਨੂੰ ਖਤਮ ਹੋਇਆ ਲਗਭਗ 3 ਸਾਲ ਹੋ ਚੁੱਕੇ ਨੇ, ਅਤੇ ਹੁਣ ਐਸ ਜੀ ਪੀ ਸੀ ਚੋਣਾਂ ਕਰਵਾਉਣ ਦਾ ਮੁੱਦਾ ਵੱਖ ਵੱਖ ਧਿਰਾਂ ਵੱਲੋਂ ਚੁੱਕਿਆ ਗਿਆ ਹੈ। ਬਿਊਰੋ ਰਿਪੋਰਟ ਦਾ ਖਾਲਸ ਟੀਵੀ।